ਦੁਆਰਾ ਸੰਤ ਬਾਬਾ ਕਾਨ ਦਾਸ ਕਾਲਾ ਸੰਘੀਆਂ ਵਿੱਚ ਵਰਲਡ ਕੈਂਸਰ ਕੇਅਰ ਵੱਲੋਂ 300 ਦੇ ਕਰੀਬ ਮਰੀਜ਼ਾਂ ਦਾ ਕੀਤਾ ਚੈੱਕਅਪ ਕਰਕੇ ਮਰੀਜ਼ਾਂ ਨੂੰ ਦਿੱਤੀਆਂ ਮੁਫ਼ਤ ਦਵਾਈਆਂ। ਗੁਰਦੁਆਰਾ ਸੰਤ ਬਾਬਾ ਕਾਨ ਦਾਸ ਕਾਲਾ ਸੰਘੀਆਂ ਜ਼ਿਲ੍ਹਾ ਕਪੂਰਥਲਾ ਵਿਖੇ ਵਰਲਡ ਕੈਂਸਰ ਕੇਅਰ ਵੱਲੋਂ ਕੈਂਸਰ ਚੈੱਕਅਪ ਕੈਂਪ ਸਵਰਗਵਾਸੀ ਸਰਦਾਰਨੀ ਸ਼੍ਰੀਮਤੀ ਉਧਮ ਕੌਰ ਆਇਤਾਨ ਦੇ ਸਵਰਗਵਾਸੀ ਅਮਰ ਸਿੰਘ ਆਇਤਾਨ ਦੇ ਸਪੁੱਤਰ ਸਰਦਾਰ ਜਗਤਾਰ ਸਿੰਘ, ਸੱਜਣ ਸਿੰਘ ਅਤੇ ਸੁਖਦੇਵ ਸਿੰਘ ਲੰਡਨ ਦੀ ਅਗਵਾਈ ਹੇਠ ਅਤੇ ਗੁਰਦੁਆਰਾ ਸੰਤ ਬਾਬਾ ਕਾਨ ਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਬਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਕੈਂਪ ਵਿੱਚ 300 ਦੇ ਕਰੀਬ ਮਰੀਜ਼ਾਂ ਦੇ ਹਰੇਕ ਤਰ੍ਹਾਂ ਦੇ ਟੈਸਟ ਅਤੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮੁਫ਼ਤ ਚੈੱਕਅਪ ਕਰਕੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਕਾਲਾ ਸੰਘੀਆਂ ਤੋਂ ਪੱਤਰਕਾਰ ਮਨਜੀਤ ਮਾਨ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਪ੍ਰਧਾਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਇੱਥੇ ਗੁਰਦੁਆਰਾ ਦੇ ਪ੍ਰਕਰਮਾ ਸਾਹਿਬ ਗੁਰਦੁਆਰਾ ਦੇ ਹਾਲ ਵਿੱਚ ਕੈਂਸਰ ਵਰਲਡ ਕੈਂਸਰ ਚੈੱਕਅਪ ਕੈਂਪ ਲਗਾਇਆ ਗਿਆ, ਜੋ ਕੈਂਪ ਦੇ ਵਿੱਚ 300 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਕੈਂਸਰ ਦੇ ਸੰਬੰਧੀ ਜਾਗਰੂਕਤਾ ਵੀ ਲੋਕਾਂ ਨੂੰ ਦਿੱਤੀ ਗਈ ਵੀ ਵੱਖ ਵੱਖ ਤਰੀਕਿਆਂ ਨਾਲ ਰਹਿਣ ਸਹਿਣ ਦਾ, ਆਪਣੀ ਸਿਹਤ ਬਾਰੇ ਖਿਆਲ ਰੱਖਣ ਬਾਰੇ ਵੀ ਜਾਣੂ ਕਰਾਇਆ ਗਿਆ। ਇਹ ਕੈਂਪ ਸਰਦਾਰ ਜਗਤਾਰ ਸਿੰਘ ਆਈਟਨ ਵੱਲੋਂ ਆਪਣੇ ਨਿੱਜੀ ਖਰਚੇ ਦੇ ਉੱਤੇ ਅਤੇ ਲਵਾਇਆ ਗਿਆ। ਉਹਨਾਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਲੋਕਾਂ ਨੂੰ ਫਾਇਦਾ ਹੋਇਆ। ਉਹ NRI ਆ, ਉਹ ਪਿੰਡ ਦੇ ਵਿੱਚ ਵਿਕਾਸ ਕਾਰਜਾਂ ਲਈ ਪਿਛਲੀ 8 ਤਰੀਕ ਨੂੰ ਉਹਨਾਂ ਵੱਲੋਂ ਇੱਕ IKM ਵੀ ਲਵਾਇਆ ਗਿਆ, ਜਿਹਦੇ ਵਿੱਚ 100 ਤੋਂ ਵੱਧ ਮਰੀਜ਼ਾਂ ਦੇ ਲੈਂਜ ਪਵਾਏ ਗਏ। ਉਹਨਾਂ ਦੀ ਫੈਮਿਲੀ ਵੱਲੋਂ ਵੀ ਬਹੁਤ ਬਹੁਤ ਸਹਿਯੋਗ ਦਿੱਤਾ ਜਾਂਦਾ ਸਾਨੂੰ ਅਤੇ ਸਾਡੀ ਕਮੇਟੀ ਨੂੰ ਵੀ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਸਰਦਾਰ ਜਗਤਾਰ ਸਿੰਘ ਜੀ ਦਾ, ਆਇਤਨ ਦਾ, ਉਹਨਾਂ ਦੇ ਪਰਿਵਾਰ ਦਾ, ਅਤੇ ਜੋ ਸਾਡੇ ਇਲਾਕੇ ਵਾਸਤੇ ਲੋਕਾਂ ਦੀ ਸੇਵਾ ਕਰਦੇ ਨੇ ਅਤੇ ਇਹ ਤਾਂ ਕੈਂਪ ਲਵਾਉਂਦੇ ਨੇ, ਜਾਗਰੂਕ ਕੈਂਪ ਲਵਾਉਂਦੇ ਇਹਨਾਂ ਨਾਲ। ਅਤੇ ਅੱਜ ਕੱਲ੍ਹ ਕੈਂਸਰ ਦਾ ਆਪਣੇ ਇਲਾਕੇ ਵਿੱਚ ਵੀ ਬਹੁਤ ਜ਼ੋਰ ਫੜ ਗਿਆ, ਬਹੁਤ ਮੌਤਾਂ ਹੋ ਰਹੀਆਂ। ਇਸ ਨਾਲ ਲੋਕਾਂ ਨੂੰ ਫਾਇਦਾ ਮਿਲੂਗਾ ਅਤੇ ਜਿਹੜੇ ਲੋਕ ਆਪਣੀ ਸਿਹਤ ਦਾ ਖਿਆਲ ਰੱਖਣਗੇ, ਲੋਕਾਂ ਨੂੰ ਜਾਗਰੂਕ ਹੋਈ ਆ, ਇਸ ਨਾਲ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ, ਥੈਂਕ ਯੂ।